ਮੇਰੇ ਗੱਡੀ ਦੇ ਅੱਗੇ ਆ ਗਏ ਇੱਕਦਮ ਐਕਟੀਵਾ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਹੀ ਉਹ ਲਗਾ ਲਈ ਹੈ ਅਤੇ ਆ ਕੇ ਉਹਨਾਂ ਨੇ ਸਿੱਧਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ। ਮੈਂ ਅਤੇ ਮੇਰੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਿਲ ਆਪਣੀ ਜਾਨ ਬਚਾਈ ਹੈ। ਤੁਹਾਡੇ ਸਾਹਮਣੇ ਹੀ ਹੈ ਜੀ ਆਹ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਹੈ ਤੁਹਾਡੇ ਸਾਹਮਣੇ ਹੀ ਹੈ। ਕਿਸੇ 'ਤੇ ਸ਼ੱਕ ਹੋਵੇ ਤੁਹਾਨੂੰ? ਹੁਣ ਮੈਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ, ਮੈਂ ਕਿਸੇ 'ਤੇ ਸ਼ੱਕ ਕਰਾਂ ਇੱਦਾਂ ਦੇ? ਮੇਰੇ ਵਾਸਤੇ ਤਾਂ ਸਾਰੇ ਚੋਰ ਆ ਜੀ। ਆਪਣੀ ਵਾਈਫ ਦੇ ਨਾਲ ਉਹ ਮੰਦਿਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਰਸਤੇ 'ਚ ਫਾਇਰਿੰਗ ਹੋਈ ਹੈ। ਉਹ ਮੰਦਿਰ ਜਿਹੜਾ ਮੱਥਾ ਟੇਕਿਆ ਉਹੀ ਵਧੀਆ ਹੋ ਗਿਆ, ਇਹਨਾਂ ਦਾ ਬਚਾਅ ਹੋ ਗਿਆ। ਸਵੇਰੇ 7:30 ਦਾ ਟਾਈਮ ਸੀ ਜਦੋਂ ਮੈਂ ਆਪਣੇ ਘਰੋਂ ਰੂਟੀਨ ਦੇ ਮੁਤਾਬਕ ਮੰਦਿਰ ਲਈ ਨਿਕਲਿਆ। ਪਹਿਲੇ ਮੈਂ ਗੋਪਾਲ ਮੰਦਿਰ ਗਿਆ, ਮੱਥਾ ਟੇਕਿਆ। ਐਜ਼ ਯੂਜੁਅਲ ਮੈਂ ਰੋਜ਼ ਆਪਣੇ ਹੋਟਲ 'ਤੇ ਆ ਕੇ ਜੋਤ ਜਗਾਉਂਦਾ। ਜੋਤ ਜਗਾ ਕੇ ਮੈਂ ਜਦੋਂ ਇਹ ਗਲੀ 'ਚ ਐਂਟਰ ਕੀਤਾ ਅਤੇ ਸਕੂਲ ਦੇ ਕੋਲ ਆਇਆ ਅਤੇ ਅੱਗੇ ਆ ਕੇ ਮੈਨੂੰ ਰੋਕ ਲਿਆ ਗਿਆ। ਇੱਥੇ ਰੋਕਿਆ ਨਹੀਂ ਗਿਆ, ਮੈਂ ਮੇਰੇ ਗੱਡੀ ਦੇ ਅੱਗੇ ਆ ਕੇ ਇੱਕਦਮ ਐਕਟਿਵਾ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਹੀ ਉਹ ਲਗਾ ਲਈ ਹੈ ਅਤੇ ਆ ਕੇ ਉਹਨਾਂ ਨੇ ਸਿੱਧਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ। ਮੈਂ ਅਤੇ ਮੇਰੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਿਲ ਆਪਣੀ ਜਾਨ ਬਚਾਈ ਹੈ। ਸਰ ਕੋਈ ਪਛਾਣ 'ਚ ਆਇਆ ਬੰਦਾ? ਨਹੀਂ, ਸਰਦਾਰ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ, ਮੈਂ ਕਾਲੇ ਰੰਗ ਦੀ ਉਹਨਾਂ ਨੇ ਅੱਗੇ ਬੰਨੀ ਸੀ। ਕਿਸੇ 'ਤੇ ਸ਼ੱਕ ਹੋਵੇ ਤੁਹਾਨੂੰ? ਹੁਣ ਮੈਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ, ਮੈਂ ਕਿਸੇ 'ਤੇ ਸ਼ੱਕ ਕਰਾਂ ਇੱਦਾਂ ਦੇ? ਮੇਰੇ ਵਾਸਤੇ ਤਾਂ ਸਾਰੇ ਚੋਰ ਆ ਜੀ। ਟੋਟਲ ਕਿੰਨੇ ਬੰਦੇ ਜਿਹੜੇ ਮੇਰੇ ਅੱਗੇ ਆਏ ਆ? ਉਹ 2 ਹੀ, ਇਸ ਤੋਂ ਇਲਾਵਾ ਹੋਰ ਬੈਕਅਪ ਕਿੰਨਾ ਜਾਂ ਸਾਈਡ 'ਤੇ ਕਿੰਨੇ ਆ ਉਹ ਮੈਨੂੰ ਨਹੀਂ ਪਤਾ ਹੈਗਾ। ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਆਹ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਹੈ ਤੁਹਾਡੇ ਸਾਹਮਣੇ ਹੀ ਹੈ। ਆਪਣੀ ਵਾਈਫ ਦੇ ਨਾਲ ਉਹ ਮੰਦਿਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਰਸਤੇ 'ਚ ਫਾਇਰਿੰਗ ਹੋਈ ਹੈ। ਉਹ ਮੰਦਿਰ ਜਿਹੜਾ ਮੱਥਾ ਟੇਕਿਆ ਉਹੀ ਵਧੀਆ ਹੋ ਗਿਆ, ਇਹਨਾਂ ਦਾ ਬਚਾਅ ਹੋ ਗਿਆ। ਹੁਣ ਮੈਟਰ ਇਨਫੋਰਮ ਕੀਤਾ, ਸਾਨੂੰ ਮੈਸੇਜ ਪਹੁੰਚਿਆ ਸੀ, ਅਸੀਂ ਸਾਰੀ ਬੋਡੀ ਇੱਥੇ ਆਏ ਹਾਂ। ਲੈਟ ਦਾ ਪੁਲਿਸ ਡੂ ਦਾ ਜੋਬ, ਪੁਲਿਸ ਆਪਣਾ ਰੋਲ ਅਦਾ ਕਰੇ, ਕਲਪਰੇਟਸ ਹੈ ਜਿਹੜਾ ਉਹਨਾਂ ਨੂੰ ਫੜੇ, ਉਹਦੇ ਤੋਂ ਬਾਅਦ ਹੀ ਆਪਾਂ ਕੁਛ ਕਹਿ ਸਕਦੇ। ਬੰਦੇ ਕਿਹੜੇ ਸੀ ਕੋਈ ਪਤਾ ਲੱਗਿਆ? ਭਾਜੀ ਜੇ ਬੰਦੇ ਪਤਾ ਹੁੰਦੇ ਤਾਂ ਫਿਰ ਅਸੀਂ ਆਪ ਹੀ ਨਾ ਫੜ ਲੈਂਦੇ। ਕੋਈ CCTV? ਕੋਈ CCTV ਕੈਮਰਾ ਤਾਂ ਲੱਗੇ ਹੈ ਜੀ। ਸਰ ਪੁਲਿਸ ਪਹੁੰਚ ਗਈ? ਹਾਂਜੀ, ਮੌਕੇ 'ਤੇ ਪੁਲਿਸ ਪਹੁੰਚੀ। ਵਿਨੀਤ ਜੀ ਦਾ ਮੈਨੂੰ ਫੋਨ ਆਇਆ, ਅਸੀਂ ਇੱਥੇ ਆਏ ਹਾਂ ਔਰ ਆ ਕੇ ਦੇਖਿਆ ਸਾਹਮਣੇ ਹੀ ਹੈ ਸਭ ਕੁਝ। ਇੰਨੀ ਲੋਲੈਸਨੈਸ ਜਿਹਦੇ ਤਹਿਤ ਵੇਖੋ ਇਹਨਾਂ ਦੀ ਜਾਨ ਬਚੀ, ਇਹਨਾਂ ਦੀ ਵਾਈਫ ਸੀਗੀ। ਮੇਰੇ ਕਿਹਾ 4-5 ਰਾਊਂਡ ਹੋਏ ਜੀ, ਹਵਾਈ ਫਾਇਰ ਨਹੀਂ ਕੀਤੇ ਜੀ, ਸਿੱਧੀਆਂ ਮਾਰੀਆਂ। ਕਿੰਨੇ ਜਾਣੇ ਸੀ? 2 ਜਣੇ ਸੀ ਜੋ ਹਜੇ ਵਿਨੀਤ ਜੀ ਦਾ, ਇਹ ਤਾਂ ਜਦੋਂ ਇਨਵੈਸਟੀਗੇਸ਼ਨ ਹੋਏਗੀ ਜੀ ਉਦੋਂ ਪਤਾ ਚੱਲੇਗਾ ਕਿ ਕਿੰਨੇ ਬੈਕਅਪ ਦੇ ਉੱਤੇ ਸੀਗੇ, ਕਿੰਨੇ ਕੀ ਸੀਗੇ। ਕਿਹਦੇ ਉੱਤੇ ਗਏ ਸੀ ਸਵਾਰੀ, ਕਿਹੜੀ ਸੀ ਉਹਨਾਂ ਕੋਲ? ਐਕਟਿਵਾ ਸੀ, ਐਕਟਿਵਾ। ਸਰ ਕੀ ਮਸਲਾ ਕੀ ਹੈ ਕਿ ਜਿਹੜਾ ਗੋਲੀ ਦੇ ਗੱਡੀ ਦੇ ਉੱਤੇ 3 ਫਾਇਰ ਹੋਏ ਆ? ਅਵਨੀਤ ਮਹਾਜਨ ਜੀ ਹੈਗੇ ਆ, ਐਡਵੋਕੇਟ ਆ। ਇਹ ਆਪਣੇ ਵਾਈਫ ਦੇ ਨਾਲ ਆ ਰਹੇ ਸੀਗੇ ਅਤੇ ਇਹ ਪਹਿਲਾਂ ਗੋਪਾਲ ਮੰਦਿਰ ਗਏ ਆ, ਉਸ ਤੋਂ ਬਾਅਦ ਵਾਪਸ ਆਪਣੇ ਆਸ਼ੀਰਵਾਦ ਹੋਟਲ ਆ। ਉੱਥੋਂ ਆਉਂਦੇ ਦੋ ਲੜਕੇ ਸੀਗੇ, ਕੋਈ ਸਰਦਾਰ ਐਕਟਿਵਾ ਦੇ ਉੱਤੇ, ਉਹਨਾਂ ਨੇ ਅੱਗੇ ਰੋਕ ਕੇ ਫਾਇਰ ਕੀਤਾ ਅਤੇ ਇਹਨੇ ਜਾਨ ਮਾਲ ਦਾ, ਚਲੋ ਜਾਨ ਦਾ ਖਤਰਾ ਜਿਹੜਾ ਉਹ ਤਾਂ ਠੀਕ ਹੈ, ਮਤਲਬ ਗਨਸ਼ੋਟ ਨਹੀਂ ਹੋਇਆ ਇਹਨਾਂ ਨੂੰ, ਕੋਈ ਲੱਗੀ ਗੋਲੀ ਨਹੀਂ ਲੱਗੀ। ਇਹਨਾਂ 3-4 ਗੋਲੀਆਂ ਹੈਗੀਆਂ। ਸਰ ਖੋਲ ਕਿੰਨੇ ਕੁ ਬਰਾਮਦ ਹੋਏ ਪੁਲਿਸ ਨੂੰ? 4 ਆ। 4 ਖੋਲ ਬਰਾਮਦ ਹੋਏ। ਗੱਡੀ 'ਤੇ ਕਿੰਨੀਆਂ ਕੁ ਗੋਲੀਆਂ ਲੱਗੀਆਂ? 3 ਗੋਲੀਆਂ ਲੱਗੀਆਂ ਹੋਈਆਂ, ਇੱਕ ਨੰਬਰ ਪਲੇਟ 'ਤੇ, ਮਤਲਬ 4 ਹੀ ਹੈਗੇ। 4 ਸ਼ੋਟ ਹੋਏ। ਸਰ ਮੁੰਡੇ ਜਿਹੜੇ ਜਿਹਨਾਂ ਨੇ ਗੋਲੀਆਂ ਲਈਆਂ, ਕਿਹੜੀ? ਉਹ ਕੈਮਰਾ ਹੁਣ CCTV ਦੇਖ ਰਿਹਾ ਸੀ। ਉਹ ਕਿਹਦੇ 'ਤੇ ਆਏ ਸਰ? ਐਕਟਿਵਾ 'ਤੇ ਸੀਗੇ। ਅਤੇ ਕਿੰਨੇ ਮੁੰਡੇ ਸੀ? 2 ਜਣੇ ਸੀ।